ਲਓ ਬੇਲੀ ਉਹ ਮੈਂ ਇਸ ਵੇਲੇ ਆਪਣੇ ਜੇ ਪੈਕੇਜਸ ਮਾਲ ਬੈਕ 'ਤੇ ਸਾਰਾ ਤੁਹਾਨੂੰ ਪੈਕੇਜਸ ਮਾਲ ਨਜ਼ਰ ਆ ਰਿਹਾ ਹੈ। ਮੇਰੇ ਆਉਣ ਦਾ ਕਾਰਨ ਇਹ ਹੈ ਕਿ ਸਾਡੇ ਮਿੱਤਰ ਗੁਰਮੀਤ ਸਿੰਘ ਜੀ, ਮੇਰੇ ਚਾਚਾ ਜੀ, ਉਹ ਔਰ ਉਹਨਾਂ ਦੇ ਬਾਕੀ ਸਾਥੀ ਜਿਤਨਾ ਗਰੁੱਪ ਆਇਆ ਹੋਇਆ ਹੈ ਕੈਨੇਡਾ ਤੋਂ, ਇੰਗਲੈਂਡ ਤੋਂ, ਉਹਨਾਂ ਨੇ ਕਰਨੀ ਸ਼ਾਪਿੰਗ। ਔਰ ਮੈਨੂੰ ਉਹਨਾਂ ਨੇ ਖਾਸ ਕਿਹਾ ਸੀ ਕਿ ਜਨਾਬ ਹੋ ਹੀ ਨਹੀਂ ਸਕਦਾ ਕਿ ਤੁਸੀਂ ਉੱਥੇ ਨਾ ਪੜੋ। ਸੋ ਸਾਰੇ ਕੰਮਾਂ ਦੇ ਵਿਚਕਾਰ, ਸਾਰੇ ਕੰਮਾਂ ਨੂੰ ਛੱਡ ਕੇ ਮੈਂ ਇਸ ਟਾਈਮ ਪਹੁੰਚਿਆ ਹਾਂ ਇੱਥੇ। ਕੁਛ ਦੋਸਤਾਂ ਨੂੰ ਸ਼ਾਪਿੰਗ ਕਰਾਉਣੀ ਹੈ, ਜਿਹਦੇ ਸਰੇ ਫਰਿਸਤ ਚਾਚਾ ਜੀ ਗੁਰਮੀਤ ਸਿੰਘ ਹਨ, ਕੁਛ ਹੋਰ ਦੋਸਤ ਵੀ ਨਾਲ ਹਨ। ਸੋ ਕਰਦੇ ਹਾਂ ਅੱਜ ਸ਼ਾਪਿੰਗ ਪੈਕੇਜਸ ਮਾਲ ਦੇ ਅੰਦਰ। ਜਿਵੇਂ ਜਿਵੇਂ ਮਿੱਤਰ ਆਉਂਦੇ ਜਾਂਦੇ ਹਨ, ਤੁਹਾਨੂੰ ਮਿਲਾਉਂਦੇ ਜਾਂਦੇ ਹਾਂ ਔਰ ਪੁੱਛਦੇ ਹਾਂ ਕਿ ਕੀ ਐਸਾ ਖਾਸ ਹੈ ਜਿਹੜਾ ਪਾਕਿਸਤਾਨ ਤੋਂ ਉਹ ਇੰਗਲੈਂਡ, ਕੈਨੇਡਾ ਔਰ ਬਾਕੀ ਕੰਟਰੀਜ਼ ਵਿੱਚ ਲੈ ਜਾਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਮੈਂ ਠੀਕ ਹਾਂ। ਠੀਕ ਠਾਕ, ਕੀ ਲੈਣਾ ਹੈ? ਬਸ ਇੱਕ ਬੈਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਅੱਛਾ ਅੱਛਾ, ਕਹਿੰਦੇ ਬੈਗ ਬੋਗ ਹੀ ਦੇਖ ਆਈਏ। ਅੱਛਾ ਅੱਛਾ ਅੱਛਾ, ਚਲੋ ਬੈਗ ਵੀ ਦੇਖੋ, ਬੈਗ ਵੀ ਲੱਭਦੇ ਆ, ਹੋਰ ਵੀ ਜੋ ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ ਕੀ ਲੈਣਾ? ਕੁੜੀਆਂ ਤੂੰ ਦੱਸ ਕੀ ਲੈਣਾ ਹੈ? ਅਸੀਂ ਇੰਡੀਅਨ ਸੂਟ ਹੀ ਲੈਣੇ, ਕੁੜੀਆਂ ਨੇ ਹੋਰ ਕੀ ਲੈਣਾ? ਅੱਛਾ ਅੱਛਾ, ਆ ਗਏ ਇਹ ਜੀ ਗੁਰਮੀਤ ਸਿੰਘ ਸਾਹਿਬ ਆ ਗਏ ਨੇ, ਇਹਨਾਂ ਦਾ ਹੁਕਮ ਸੀ। ਆਪਣੇ ਇਹਨਾਂ ਨਾਲ ਵੀ ਮੁਲਾਕਾਤ ਹੋ ਗਈ ਤੇ ਸਾਰੇ ਜੀ ਆ ਰਹੇ ਨੇ। ਆਓ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਅੱਛਾ ਅੱਛਾ, ਚਲੀਏ ਅੱਗੇ ਜੀ, ਫਿਰ ਆਓ ਜੀ, ਚੱਲਦੇ ਹਾਂ ਅੱਗੇ। ਆ ਜਾਓ। ਹਾਂ 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 ਹਾਂ, ਠੀਕ ਹੀ ਰਹਿਣਾ। ਆ ਜਾਓ ਆ ਜਾਓ ਆ ਜਾਓ। ਨਾਲ ਕੌਣ ਹੈ? ਇਸ ਟਾਈਮ ਜੀ ਸਾਰੀਆਂ ਸੰਗਤਾਂ ਪਹੁੰਚੀਆਂ ਪੈਕੇਜਸ ਮਾਲ ਤੇ ਡੈਫੀਨੇਟਲੀ ਕੁਛ ਨਾ ਕੁਛ ਲੈਣਾ ਹੋਏਗਾ। ਬੈਂਡ ਜੂਰੀ ਵੀ ਨਾਲ ਹਨ, ਸਾਰੇ ਪੰਜਾਬ ਰੇਡੀਓ ਦਾ ਜੱਥਾ ਹੈ ਅਤੇ ਉੱਥੋਂ ਦੀਆਂ ਸਾਰੀਆਂ ਸੰਗਤਾਂ ਹਨ ਅਤੇ ਮਨ ਚਾਹੁੰਦਾ ਹੈ ਕਿ ਕੁਛ ਨਾ ਕੁਛ ਲੈ ਕੇ ਜਾਈਏ। ਅਤੇ ਪਹਿਲੇ ਮੈਂ ਬਾਜੀ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਕਿ ਹੁਣ ਥੋੜ੍ਹਾ ਥੋੜ੍ਹਾ ਦਿਲ ਤੁਹਾਡਾ ਇਹ ਵੀ ਕਰੇਗਾ ਕਿ ਪਿੱਛੇ ਗੱਲ ਵੀ ਜਲਦੀ ਆਪਣੀ, ਲੇਕਿਨ ਇਹ ਵੀ ਹੋ ਗਿਆ ਕਿ ਟਾਈਮ ਥੋੜ੍ਹਾ ਰਹਿ ਰਹੀ ਹੈ, ਕੋਈ ਦੇਖ ਲਈਏ ਚੀਜ਼ਾਂ ਹੋਰ। ਆਓ ਆਓ ਅੱਗੇ ਆਓ। ਚਾਚੋ ਕੀ ਕਹਿਣਾ ਚਾਹੁੰਦੇ ਹੋ? ਬਸ ਕਹਿਣਾ ਠੀਕ ਹੈ, ਬਹੁਤ ਵਧੀਆ ਲੱਗਾ। ਸਾਰੀਆਂ ਚੀਜ਼ਾਂ ਆਪਣੀਆਂ ਸ਼ੇਅਰ ਕਰੋ ਦੋਸਤਾਂ ਦੇ ਨਾਲ ਕਿ ਕਿੰਜ ਦਾ ਮਾਹੌਲ ਇੱਥੇ ਮਿਲਦਾ। ਹਰ ਇੱਕ ਸਾਲ ਆਇਆ ਕਰੀਏ, ਸੋ ਆਉਣਾ ਵੀ ਚਾਹੀਦਾ ਜੀ। ਬਾਕੀ ਮਿੱਤਰਾਂ ਨੂੰ ਵੀ ਦੱਸੋ, ਜਿਹੜਾ ਇੱਕ ਥੋੜਾ ਜਿਹਾ ਇੱਕ ਹੈ ਨੈਗੇਟਿਵਿਟੀ ਕੁਝ ਲੋਕ ਫੈਲਾਉਂਦੇ ਤੇ ਅਸੀਂ ਤੇ ਇਹੀ ਕਹਿੰਦੇ ਆ ਕਿ ਤੁਸੀਂ ਉੱਧਰ ਕਦੇ ਇੰਗਲੈਂਡ ਚ ਨਹੀਂ? ਮੈਂ ਆਣਾ ਹੈ ਨਾ, ਗਰਮੀਆਂ ਚ ਕੋਈ ਪਲਾਨ ਕਰ ਰਹੀ ਹਾਂ। ਅੱਛਾ ਜੀ। ਤੇ ਆਣਾ ਹੈ ਉੱਥੇ ਕਿ ਆਪਣੇ ਪ੍ਰੋਗਰਾਮਸ ਦਾ। ਆ ਜਾਓ ਆ ਜਾਓ ਆ ਜਾਓ। ਅਗਰ ਪੁੱਛੀਏ ਕਿ ਕੋਈ ਚੀਜ਼ ਤੁਹਾਨੂੰ ਕਹੀ ਜਾਂਦੀ ਹੈ ਕਿ ਕਿਹੜੀ ਚੀਜ਼ ਲੈ ਕੇ ਆਣੀ ਤੁਸੀਂ ਜਦੋਂ ਆ ਰਹੇ ਸੀ, ਕੋਈ ਇੱਕ ਚੀਜ਼ ਤੋਂ ਸਭ ਤੋਂ ਜ਼ਿਆਦਾ ਕਿਹੜੀ ਕਹੀ ਸੀ? ਕਿਹੜੀ ਕਹੀ ਗਈ ਸੀ? ਕੁਛ ਨਹੀਂ ਕਿਹਾ, ਆਪਣੇ ਮਨ ਨਾਲ ਲੈਣੇ ਉਹ ਚੀਜ਼ਾਂ। ਅੱਛਾ ਅੱਛਾ, ਬਿਲਕੁਲ। ਲਓ ਜੀ ਲਓ ਜੀ, ਚਲੀਏ ਜੀ। ਹੁਣ ਆਪਾਂ ਟਾਈਮ ਕੀ ਦੱਸਿਆ ਕਿ ਕਿਸ ਟਾਈਮ ਤੁਸੀਂ ਆਉਣਾ? 8 ਵਜੇ ਤੱਕ ਆਪਣੇ ਕੋਲ ਹੈ ਟਾਈਮ ਜੀ? ਬਿਲਕੁਲ ਹੈ, ਅੰਦਰ ਤੁਸੀਂ ਜਾਓਗੇ ਤਾਂ ਮਿਲੇਗਾ। ਆਓ ਜੀ ਫਿਰ ਆਪਣੇ ਨਾਲ ਹੁਣ ਕਿ ਹਿੰਦ ਦੋਸਤ ਉੱਪਰ ਚਲੀਏ ਨਾ ਫਿਰ ਆਪਾਂ। ਹਾਂ ਹਾਂ ਠੀਕ ਹੈ ਠੀਕ।
ਅੱਛਾ ਕਹਿੰਦਾ ਤੁਹਾਨੂੰ ਯਾ ਕਿ ਬਸ਼ੀਰ ਸਨਸ ਤੋਂ ਅੱਛੀ ਬੋਸਕੀ ਮਿਲਦੀ ਹੈ, ਬਸ਼ੀਰ ਸਨਸ ਮਸ਼ਹੂਰ ਆਓ ਜੀ। ਅੱਛਾ ਉਹ ਲੈਣਾ ਆਪਾਂ ਖੁਸੇ ਵਗੈਰਾ ਲੈਣਾ। ਅੱਛਾ 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 ਹਾਂਜੀ। ਹੁਣ ਕੁਛ ਸਭ ਤੋਂ ਪਹਿਲੇ ਤਾਂ ਅਸੀਂ ਦੇਖਦੇ ਹਾਂ ਕਿ ਤੂੰ ਸਾਨੂੰ ਖੁੱਸਾ ਮਿਲੇ, ਕਿਉਂਕਿ ਚਾਚਾ ਜੀ ਉਹਨਾਂ ਨੇ ਖੁੱਸਾ ਜਿਹੜਾ ਹੈ ਉਹ ਲੈ ਕੇ ਜਾਣਾ ਅਤੇ ਲੱਭਦੇ ਹਾਂ ਜੀ। ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਪੈਕੇਜ ਮਾਲ ਦੇ ਅੰਦਰ, ਅਤੇ ਕੋਈ ਲੱਭਦੇ ਹਾਂ ਕਿ ਆਇਆ ਇੱਥੇ ਕੋਈ ਦੇਸੀ ਸ਼ੂਜ਼ ਵੀ ਹਨ ਜਾਂ ਸਾਰੇ ਜਿਹੜੇ ਵਲੈਤੀ ਬ੍ਰਾਂਡਸ ਹਨ ਉਹੀ ਹਨ। ਸੋ ਲੱਭਦੇ ਵੀ ਹਾਂ ਅਤੇ ਦੇਖਦੇ ਵੀ ਹਾਂ। ਲੇਕਿਨ ਦਰਅਸਲ ਇੱਥੋਂ ਇਹਨਾਂ ਮਾਲਸ ਦੇ ਅੰਦਰ ਹੈ ਲਿਬਰਟੀ ਤੋਂ ਹਾਂਜੀ ਹਾਂਜੀ ਅਸੀਂ ਲੱਭ ਵੀ ਖੁੱਸੇ ਰਹੇ ਹਾਂ ਅਤੇ ਖੁੱਸਿਆਂ ਦਾ ਕਹਿੰਦੇ ਆ ਕਿ ਇੱਥੋਂ ਥੋੜ੍ਹਾ ਔਖਾ ਹੀ ਹੈ, ਕਿਉਂਕਿ ਮਾਲਸ ਦੇ ਅੰਦਰ ਤਾਂ ਸਾਰੇ ਜਿਹੜੇ ਮਾਡਰਨ ਬ੍ਰਾਂਡਸ ਹਨ ਉਹਨਾਂ ਦੀਆਂ ਸ਼ਾਪਸ ਹੀ ਹਨ। ਲੇਕਿਨ ਕੋਸ਼ਿਸ਼ ਕਰ ਲੈਂਦੇ ਹਾਂ, ਦੇਖਦੇ ਹਾਂ ਕਿ ਸਾਨੂੰ ਲੱਭ ਜਾਵੇ। ਅੱਛਾ ਹੋਰ ਅਸੀਂ ਕੀ ਲੈਣਾ ਹੈ, ਕੀ ਲੈਣਾ ਚਾਹੁੰਦੇ ਹੋ ਤੁਸੀਂ ਖੁੱਸੇ ਦੇ ਨਾਲ ਨਾਲ? ਅੱਛਾ ਬੋਸਕੀ ਵੀ ਲੱਭ ਤਾਂ ਜਾਏਗੀ ਇੱਥੋਂ, ਆਪਾਂ ਇੱਥੋਂ ਬੋਸਕੀ ਦੇਖਦੇ ਹਾਂ। ਲੇਕਿਨ ਅੱਛੀ ਬੋਸਕੀ ਜਿਹੜੀ ਹੈ ਉਹ ਸਾਨੂੰ ਮਿਲੇਗੀ ਲਿਬਰਟੀ ਜਾਂ ਅਨਾਰਕਲੀ ਨੀਡਾ ਗੁੰਬਦ ਤੋਂ, ਬਸ਼ੀਰ ਸੰਸ ਤੋਂ ਬਹੁਤ ਅੱਛੀ ਬੋਸਕੀ ਜਿਹੜੀ ਹੈ ਉਹ ਮਿਲਦੀ। ਹਾਂ ਡੈਫੀਨੇਟਲੀ ਇੱਥੇ ਆਏ ਨੇ ਅਤੇ ਕੁਝ ਨਾ ਕੁਝ ਚਾਹੁੰਦੇ ਨੇ। ਖੁੱਸਿਆਂ ਲਈ ਤਾਂ ਤੁਹਾਨੂੰ ਲਿਜਾਣਾ ਸੀ, ਅਸੀਂ ਕਸੂਰ ਲਿਜਾਣਾ ਸੀ, ਲੇਕਿਨ ਫਿਰ ਟਾਈਮ ਹੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੈ ਕਿ ਗੱਟ ਹੈ।